ਇੱਕ ਅਨੋਖੀ ਚੋਰੀ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਹੁਣ ਚੋਰਾਂ ਦੇ ਵੱਲੋਂ ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ। ਦਰਅਸਲ ਕਿ ਇੱਕ ਵਾਹਨ ਚੋਰ ਗਰੋਹ ਪੂਰੇ ਇਲਾਕੇ ਦੇ ਵਿੱਚ ਐਕਟਿਵ ਹੈ, ਜਿਸ ਦੇ ਵੱਲੋਂ ਸਕੂਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਇੱਕ ਥਾਂ ਤੋਂ ਸਕੂਟਰੀ ਨੂੰ ਚੋਰੀ ਕਰਕੇ ਕਿਹਾ ਜਾ ਰਿਹਾ ਕਿ ਦੂਜੀ ਥਾਂ ਦੇ ਉੱਤੇ ਖੜਾ ਕੇ ਉੱਥੋਂ ਦੂਸਰੀ ਸਕੂਟਰੀ ਚੋਰੀ ਕਰ ਲਈ ਜਾਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਦਰਅਸਲ ਕਿ ਇੱਕ ਸ਼ਖਸ ਬੈਂਕ ਦੇ ਵਿੱਚ ਆਪਣੇ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਐਕਟਿਵਾ ਦੇ ਉੱਤੇ ਆਇਆ ਸੀ ਤੇ ਜਿਵੇਂ ਹੀ ਉਹ ਐਕਟਿਵਾ ਖੜਾ ਕੇ ਅੰਦਰ ਗਿਆ ਤਾਂ ਬਾਹਰ ਇੱਕ ਆਏ ਐਕਟਿਵਾ ਦੇ ਉੱਤੇ ਸ਼ਖਸ ਨੇ ਆਪਣੀ ਐਕਟਿਵਾ ਉੱਥੇ ਖੜੀ ਕਰ ਦਿੱਤੀ ਅਤੇ ਉਸਦੀ ਐਕਟਿਵਾ ਚੱਕ ਕੇ ਮੌਕੇ ਤੋਂ ਫਰਾਰ ਹੋ ਗਿਆ। ਜਦ ਉਸ ਸ਼ਖਸ ਦੇ ਵੱਲੋਂ ਆ ਕੇ ਆਪਣੀ ਐਕਟਿਵਾ ਦੀ ਖੋਜ ਕੀਤੀ ਗਈ ਤਾਂ ਸੀਸੀਟੀਵੀ ਖੰਗਾਲੇ ਗਏ ਤਾਂ ਉਸਦੇ ਵਿੱਚ ਇਹ ਸਾਰਾ ਮਾਮਲਾ ਸਾਫ਼ ਹੋਇਆ ਕਿ ਜੋ ਚੋਰ ਨੇ ਉੱਥੇ ਐਕਟਿਵਾ ਖੜੀ ਕੀਤੀ ਤਾਂ ਉੱਥੋਂ ਦੀ ਉਸਦੀ ਐਕਟਿਵਾ ਚੱਕ ਕੇ ਫਰਾਰ ਹੋ ਗਿਆ ਤੇ ਜੋ ਚੋਰ ਨੇ ਬੈਂਕ ਦੇ ਬਾਹਰ ਪਹਿਲਾਂ ਵਾਲੀ ਐਕਟਿਵਾ ਖੜਾਈ ਸੀ ਉਹ ਵੀ ਅੱਗੋਂ ਕਿਸੇ ਦੀ ਚੋਰੀ ਦੀ ਸੀ। ਤਾਂ ਦੱਸ ਦਈਏ ਕਿ ਹੁਣ ਚੋਰਾਂ ਨੇ ਪੁਲਿਸ ਨੂੰ ਵੀ ਮੁਸੀਬਤ ਦੇ ਵਿੱਚ ਪਾ ਦਿੱਤਾ ਹੈ। ਪੁਲਿਸ ਦੇ ਵੱਲੋਂ ਹਰ ਇੱਕ ਐਂਗਲ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਚੋਰ ਅਜਿਹਾ ਕਿਉਂ ਕਰ ਰਹੇ ਨੇ, ਕਿਉਂਕਿ ਅਕਸਰ ਦੇਖਣ ਦੇ ਵਿੱਚ ਆਉਂਦਾ ਹੈ ਕਿ ਚੋਰ ਦੇ ਵੱਲੋਂ ਸਕੂਟੀ ਚੋਰੀ ਕਰ ਲਈ ਜਾਂਦੀ ਹੈ ਜਾਂ ਫਿਰ ਕਿਸੇ ਨੂੰ ਵੇਚ ਦਿੱਤੀ ਜਾਂਦੀ ਹੈ ਜਾਂ ਫਿਰ ਉਸ ਨੂੰ ਕਿਤੇ ਨਾ ਕਿਤੇ ਟਿਕਾਣੇ ਲਗਾ ਦਿੱਤਾ ਜਾਂਦਾ ਹੈ। ਪਰ ਇਹ ਅਜਿਹੀ ਅਨੋਖੀ ਚੋਰੀ ਪੁਲਿਸ ਨੂੰ ਵੀ ਕਾਫੀ ਮੁਸੀਬਤਾਂ ਦੇ ਵਿੱਚ ਪਾ ਰਹੀ ਹੈ ਤੇ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ। ਮਾਮਲਾ ਇੱਦਾਂ ਜੀ, ਮੈਂ ਸਵੇਰੇ ਬੈਂਕ ਗਿਆ ਸੀ ਪੈਸੇ ਜਮ੍ਹਾਂ ਕਰਾਉਣ। ਸਵੇਰੇ 11 ਵਜੇ ਦਾ ਟਾਈਮ ਸੀਗਾ, ਮੈਂ ਆਪਣਾ ਬੈਂਕ ਦੇ ਬਾਹਰ ਬਿਲਕੁਲ ਗੇਟ ਦੇ ਬਾਹਰ ਹੀ ਐਕਟਿਵ ਲਗਾਇਆ ਅਤੇ ਮੈਂ ਅੰਦਰ ਪੈਸੇ ਜਮ੍ਹਾਂ ਕਰਾਉਣ ਗਿਆ। 11:10 ਮੈਂ ਬਾਹਰ ਆਇਆ ਅਤੇ ਐਕਟਿਵਾ ਨਹੀਂ ਸੀਗਾ। ਮੈਂ ਫਿਰ ਦੁਬਾਰਾ ਬੈਂਕ ਅੰਦਰ ਗਿਆ, ਮੈਂ ਕਿਹਾ, ਮੈਂ ਮੈਨੇਜਰ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਦੇਖੋ CCTV ਖੋਲੋ, ਮੈਨੂੰ ਦੱਸੋ ਵੀ ਮੇਰਾ ਕਿਆ ਸਕੂਟਰ ਬਾਹਰ ਨਹੀਂ ਹੈਗਾ। ਅਤੇ ਉਹ ਫਿਰ CCTV ਕਢਾਇਆ, ਪਤਾ ਲੱਗਿਆ ਵੀ ਇੱਕ ਕੋਈ ਚੋਰ ਬੰਦਾ ਆਪਣਾ ਕੋਈ ਐਕਟਿਵਾ ਰੱਖ ਗਿਆ ਅਤੇ ਸਾਡਾ ਲੈ ਗਿਆ। ਅਤੇ ਅਸੀਂ ਫਿਰ ਨਾਲ ਹੀ ਪੁਲਿਸ ਨੂੰ ਕੰਪਲੇਂਟ ਕੀਤੀ। 10 ਮਿੰਟ ਬਾਅਦ ਆਪਣੇ PCR ਵਾਲੇ ਆਏ, ਉਹਨਾਂ ਨੇ ਕਿਹਾ ਵੀ ਅਸੀਂ ਤੁਸੀਂ ਕੰਪਲੇਂਟ ਲਿਖਾਓ ਅਤੇ ਜਿਹੜਾ ਇਹ ਵਾਲਾ ਐਕਟਿਵਾ ਅਸੀਂ ਜ਼ਬਤ ਕਰ ਲੈਂਦੇ। ਮੈਂ ਕਿਹਾ ਕੋਈ ਨਹੀਂ ਤੁਸੀਂ ਜ਼ਬਤ ਕਰੋ, ਲੈ ਜਾਓ 3 ਨੰਬਰ ਥਾਣੇ। ਮੈਂ ਵੀ ਗਿਆ ਥਾਣੇ ਜਾ ਕੇ ਮੈਂ ਕੰਪਲੇਂਟ ਲਿਖਾਈ ਅਤੇ ਉਹ ਕਹਿੰਦੇ ਜੀ ਦੇਖੋ ਗੱਲ ਵੀ ਅਸੀਂ ਟਰਾਈ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਵੀ ਜੇ ਹੋ ਸਕੇ ਤਾਂ, ਕਿਉਂਕਿ ਦੇਖੋ ਸਾਡੇ ਕੋਲ ਫੋਰਸ ਘੱਟ ਹੈ ਵੀ, ਬਾਕੀ ਫਿਰ ਵੀ ਕੋਸ਼ਿਸ਼ ਕਰਦੇ ਹਾਂ ਵੀ ਜੇ ਜਿੰਨੀ ਜਲਦੀ ਲੱਭ ਜਾਵੇ। ਫਿਰ ਇਹ ਕੱਲ੍ਹ 12:30 ਵਜੇ ਦੀ ਗੱਲ ਹੈ ਜੀ। ਇਹ 3 ਨੰਬਰ ਥਾਣਾ ਪੈਂਦਾ ਜੀ। ਡਿੱਕੀ ਖੁੱਲੀ ਸੀ, ਅਸੀਂ ਉਹ ਡਿੱਕੀ ਚੋਂ ਪੇਪਰ ਕੱਢੇ, ਅਸੀਂ ਉਹਨਾਂ ਨੂੰ, ਉਹਨਾਂ ਦਾ ਐਕਸਿਸ ਬੈਂਕ ਦਾ ਕੋਈ ਖਾਤਾ ਸੀ ਉੱਥੋਂ ਸਾਨੂੰ ਨੰਬਰ ਮਿਲਿਆ, ਅਸੀਂ ਉਹਨਾਂ ਨੂੰ ਕਾਲ ਕੀਤੀ, ਉਹ ਕਹਿੰਦੇ ਵੀ ਐਕਟਿਵਾ ਤਾਂ ਸਾਡਾ ਹੈਗਾ ਵੀ ਰਾਤ ਸਾਡੀ ਚੋਰੀ ਹੋਇਆ ਉੱਥੋਂ DMC ਦੇ ਬਾਹਰੋਂ। ਅਸੀਂ ਕਿਹਾ ਵੀ ਚਲੋ ਤੁਸੀਂ ਤੁਹਾਡਾ ਐਕਟਿਵਾ ਤੁਹਾਡੇ ਕੋਲ ਹੈਗਾ, ਇੱਥੇ ਐਕਸੀ ਜਮ੍ਹਾਂ ਕਰਾ ਦਿੱਤਾ, ਤੁਸੀਂ ਲੈ ਜਾਓ। ਅਤੇ ਉਹ ਫਿਰ ਸ਼ਾਮੀ ਆਏ, ਸਾਨੂੰ ਮਿਲੇ, ਅਸੀਂ ਸ਼ਾਮੀ ਫਿਰ ਸਾਨੂੰ ਪਹਿਲਾਂ ਉਸਨੇ ਬੁਲਾਇਆ ਵੀ ਦਿੰਦਾ ਵੀ ਆਏ ਬੰਦੇ, ਉਹ ਕਹਿੰਦਾ ਵੀ ਜਿਸ ਬੰਦੇ ਨੇ ਸਾਡਾ ਐਕਟਿਵਾ ਦਿੱਤਾ ਚੱਕਿਆ ਉਹ ਕੋਈ ਹੋਰ ਐਕਟਿਵਾ ਛੱਡ ਗਿਆ ਸੀ। ਅਸੀਂ ਉਹਨਾਂ ਨੂੰ ਕਾਲ ਕਰਕੇ 2-3 ਦਿਨ 'ਚ ਇਹ ਚੀਜ਼ਾਂ ਸਾਰੀਆਂ ਹੋਈਆਂ 2-3 ਦਿਨ 'ਚ, ਜਿਹਦੇ ਕਰਕੇ ਕੁਛ ਚੱਲ ਰਿਹਾ, ਜਿਹਦੇ ਕਰਕੇ ਪ੍ਰੋਬਲਮ ਆ ਰਹੀ ਹੈ। ਦੇਖੋ ਗੱਲ ਹੈ ਵੀ ਸਵਾਲਾਂ ਦੇ ਘੇਰੇ 'ਚ ਹੈ ਨਹੀਂ ਹੈ ਸਾਨੂੰ ਨਹੀਂ ਪਤਾ, ਮਗਰ ਇਸ ਗੱਲ ਦਾ ਜ਼ੋਰ ਹੈ ਵੀ ਬੈਂਕ ਦੇ ਬਾਹਰ ਅੱਜ ਜੇ ਮਹੀਨਾ ਹੋਇਆ ਕੱਲ੍ਹ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਨਾ, ਕੱਲ੍ਹ ਨੂੰ ਉਹਦੇ 'ਚ ਜੇ ਪੇਮੈਂਟ ਪਈ ਹੁੰਦੀ ਪੇਮੈਂਟ ਲੈ ਜਾਂਦੇ ਜਾਂ ਕੋਈ ਹੋਰ ਕਿਸੇ ਨਾਲ ਵੀ ਇਹ ਚੀਜ਼ ਹੋ ਸਕਦੀ ਹੈ, ਜਿਸ ਕਰਕੇ ਇਹ ਚੀਜ਼ ਦਾ ਬਹੁਤ ਜ਼ਿਆਦਾ ਨੁਕਸਾਨ 'ਚ ਜਾ ਰਹੀ ਹੈ ਅਤੇ ਪੁਲਿਸ ਨੂੰ ਚਾਹੀਦਾ ਵੀ ਕਮ ਸੇ ਕਮ ਇਹ ਚੀਜ਼ਾਂ 'ਤੇ ਧਿਆਨ ਰੱਖਣ। ਬੈਂਕ 'ਚੋਂ ਕਢਾ ਕੇ ਆਲਮੋਸਟ ਦੇਖੋ ਆਪਾਂ ਪੇਪਰ ਪੇਮੈਂਟ ਜਮ੍ਹਾਂ ਕਰਾਉਂਦੇ ਹਾਂ, ਆਮ ਬੰਦੇ ਦੀ ਡਿੱਕੀ ਪੇਮੈਂਟ ਹੁੰਦੀ ਹੈ ਜਾਂ ਬੰਦਾ ਲੈ ਕੇ ਆਇਆ ਹੁੰਦਾ ਜਾਂ ਬੰਦੇ ਨੇ ਜਮ੍ਹਾਂ ਕਰਾਉਣੀ ਹੁੰਦੀ ਹੈ। ਹੁਣ ਕਿਸੇ ਨੂੰ ਕੀ ਪਤਾ ਹੁੰਦਾ ਵੀ ਬਾਹਰੋਂ ਬੈਂਕ ਦੇ ਬਾਹਰੋਂ ਇਹ ਚੀਜ਼ ਹੋ ਸਕਦੀ ਹੈ, ਔਰ ਭਰਿਆ ਬਾਜ਼ਾਰ ਸਵੇਰੇ 11 ਵਜੇ ਦਾ ਟਾਈਮ, ਜਿਹੜਾ ਸਾਨੂੰ ਮਿਲਿਆ ਉਹ ਵੀ ਐਕਟਿਵਾ ਸੀ, ਜਿਹੜਾ ਪਿੱਛੇ ਚੋਰੀ ਕੀਤਾ ਉਹਨੇ ਉਹ ਵੀ ਐਕਟਿਵਾ ਸੀ। ਲੱਗਦਾ ਕਿ ਤੁਹਾਡਾ ਐਕਟਿਵਾ ਮਿਲ ਜੂਗਾ ਹੁਣ,
ਦੇਖੋ ਪੁਲਿਸ ਨੇ ਕਹਿੰਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ, ਦੇਖੋ ਹੁਣ ਕੋਈ ਸਾਡੇ ਕੋਲ ਕੰਪਲੇਂਟ ਆਏਗੀ ਤਾਂ ਹੀ ਅਸੀਂ ਦੱਸ ਸਕਾਂਗੇ, ਉੱਦਾਂ ਕਿਵੇਂ ਦੱਸ ਸਕਾਂਗੇ। ਮਗਰ ਅਸੀਂ ਉਹਨਾਂ ਨੂੰ ਕਿਹਾ ਵੀ ਦੇਖੋ ਜੇ ਅੱਜ ਮੇਰੇ ਨਾਲ ਹੋਇਆ ਕੱਲ੍ਹ ਕਿਸੇ ਹੋਰ ਨਾਲ ਵੀ ਵੱਡੀ ਆਹ ਵਾਰਦਾਤ ਹੋ ਜਾਏਗੀ, ਅਤੇ ਜੇ ਬੈਂਕ ਦੇ ਬਾਹਰ ਹੋ ਰਹੀ ਹੈ ਇਹਦਾ ਮਤਲਬ ਬੈਂਕ 'ਚ ਵੀ ਸੇਫ ਨਹੀਂ ਹੈ ਬੰਦਾ। ਦਿਨ ਦਿਹਾੜੇ ਸਵੇਰੇ 11:10 ਚੋਰੀ ਹੋਇਆ ਜੀ, ਮੇਰੇ ਕੋਲ ਬਕਾਇਦਾ ਫੁਟੇਜ ਹੈਗੀ ਉਸ ਚੀਜ਼ ਦੀ।